ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਮਹਾਨ ਸ਼ਹੀਦਾਂ ਦੀ ਧਰਤੀ 'ਤੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸਾਲਾਨਾ ਸ਼ਹੀਦੀ ਸਮਾਗਮਾਂ ਅੰਦਰ ਹਾਜ਼ਰੀਆਂ ਭਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਦਸਮ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਖਿਦਰਾਣੇ ਦੀ ਢਾਬ ਵਿਖੇ ਜਿਸ ਅਸਥਾਨ ਦਾ ਨਾਮ ਅੱਜ ਸਿੱਖ ਜਗਤ ਦੇ ਅੰਦਰ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਕਰਕੇ ਪ੍ਰਸਿੱਧ ਹੈ, ਪਹਿਲਾਂ ਇਸ ਨੂੰ ਖਿਦਰਾਣੇ ਦੀ ਢਾਬ ਕਿਹਾ ਜਾਂਦਾ ਸੀ। ਖਿਦਰਾਣਾ ਔਰ ਰੁਪਾਣਾ ਦੋ ਭਰਾ ਸਨ। ਰੁਪਾਣੇ ਦੇ ਨਾਮ 'ਤੇ ਵੀ ਮਾਲਵੇ 'ਚ ਬੜਾ ਪ੍ਰਸਿੱਧ ਨਗਰ ਵਸਿਆ ਹੋਇਆ ਹੈ, ਜਿਸ ਨਗਰ ਵਿੱਚ ਦਸਮ ਪਿਤਾ ਜੀ ਨੇ ਆਪਣੇ ਚਰਨ ਪਾਏ। ਔਰ ਇਹ ਮੁਕਤਸਰ ਸਾਹਿਬ ਦਾ ਇਲਾਕਾ ਖਿਦਰਾਣੇ ਦਾ ਇਲਾਕਾ ਸੀ ਔਰ ਪਾਣੀ ਦਾ ਜਿਹੜਾ ਤਲਾਅ ਉੱਥੇ ਉਸ ਸਮੇਂ ਬਣਿਆ ਹੋਇਆ ਸੀ ਉਹ ਖਿਦਰਾਣੇ ਦਾ ਬਣਾਇਆ ਹੋਇਆ ਸੀ, ਇਸ ਕਰਕੇ ਇਸ ਨੂੰ ਖਿਦਰਾਣੇ ਦੀ ਢਾਬ ਕਿਹਾ ਜਾਂਦਾ ਸੀ। ਇਸ ਧਰਤੀ 'ਤੇ ਜਦੋਂ 40 ਮੁਕਤਿਆਂ ਦੀ ਮਹਾਨ ਸ਼ਹਾਦਤ ਹੋਈ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਸ ਵਕਤ ਇਹ ਬਚਨ ਕਹੇ ਸਨ, ਬੜੇ ਧਿਆਨ ਨਾਲ ਬਚਨ ਸੁਣਨ ਵਾਲੇ ਹਨ, ਕਿ ਜਿੱਥੇ ਕੋਈ ਤਪੱਸਵੀ ਰਿਸ਼ੀ ਮੁਨੀ ਸਾਧੂ ਜਿਹੜੀ ਧਰਤੀ 'ਤੇ ਤਪ ਕਰਦਾ ਉਹ ਧਰਤੀ ਤੀਰਥ ਬਣ ਜਾਂਦੀ ਹੈ ਔਰ ਉਸ ਧਰਤੀ 'ਤੇ ਲੋਕ ਆ ਕੇ ਉਸ ਨੂੰ ਤੀਰਥ ਰੂਪ ਵਿੱਚ ਜਾਣ ਕੇ ਉੱਥੇ ਨਮਸਕਾਰਾਂ ਕਰਦੇ ਆ, ਮੱਥਾ ਟੇਕਦੇ ਆ, ਹਾਜ਼ਰੀਆਂ ਭਰਦੇ ਆ, ਆਪਣੇ ਪਾਪਾਂ ਦੀ ਮੈਲ ਨੂੰ ਧੋਂਦੇ ਹਨ। ਅਤੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਇਸ ਧਰਤੀ 'ਤੇ ਮੇਰੇ 40 ਸਿੰਘਾਂ ਦਾ ਪਵਿੱਤਰ ਖੂਨ ਡੁੱਲਿਆ। ਇਹ ਧਰਤੀ ਇੰਨੀ ਪਵਿੱਤਰ ਹੋ ਚੁੱਕੀ ਹੈ
ਕਿ ਇਸ ਧਰਤੀ 'ਤੇ ਜਿਹੜਾ ਵੀ ਪ੍ਰਾਣੀ ਲੁਕਾਈ ਦੇ ਵਿੱਚੋਂ ਆ ਕਰਕੇ ਇੱਥੇ ਨਤਮਸਤਕ ਹੋਏਗਾ, ਇਸ਼ਨਾਨ ਕਰੇਗਾ, ਇੱਥੋਂ ਦੇ ਪਾਵਨ ਸਰੋਵਰ ਦਾ ਜਲ ਛਕੇਗਾ, ਇੱਥੇ ਆ ਕਰਕੇ ਹਾਜ਼ਰੀ ਭਰੇਗਾ, ਉਸ ਨੂੰ ਮੁਕਤੀ ਦਾ ਦਾਨ ਪ੍ਰਾਪਤ ਹੋਏਗਾ। ਸ਼ਹੀਦਾਂ ਨੂੰ ਐਡਾ ਵੱਡਾ ਮੇਰੇ ਸਤਿਗੁਰੂ ਨੇ ਸਨਮਾਨ ਬਖਸ਼ਿਆ, ਜਿਸ ਅਸਥਾਨ 'ਤੇ ਬੈਠੇ ਉਹ ਆਪਾਂ ਸਤਿਸੰਗ ਜੀ, ਇਹ ਸਥਾਨ ਮਹਾਂਪੁਰਖ ਅਮਰ ਸ਼ਹੀਦ ਧੰਨ ਬਾਬਾ ਵੀਰ ਸਿੰਘ ਜੀ ਨੂਰੰਗਾਬਾਦ ਵਾਲਿਆਂ ਨੇ ਇਸ ਅਸਥਾਨ 'ਤੇ ਚਰਨ ਪਾਏ, ਔਰ ਇਸ ਨਗਰ ਦੇ ਵਿੱਚ ਕੌਮ ਦੇ ਮਹਾਨ ਸ਼ੂਰਵੀਰ ਯੋਧੇ, ਮਹਾਂਬਲੀ ਯੋਧੇ, ਨਿਧੜਕ ਯੋਧੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਨਮਾਨਯੋਗ ਸਿੰਘ ਸਾਹਿਬ ਬਾਬਾ ਗੁਰਬਚਨ ਸਿੰਘ ਜੀ ਮਾਨੂ ਚਾਹਲ, ਉਹ ਪਿਤਾ ਮਹਾਨ ਸ਼ਹੀਦ ਸਰਦਾਰ ਆਤਮਾ ਸਿੰਘ ਜੀ, ਮਹਾਨ ਸ਼ਹੀਦ ਮਾਤਾ ਗੁਰਮੇਜ ਕੌਰ ਜੀ ਦੇ ਗ੍ਰਹਿ ਵਿਖੇ ਪੈਦਾ ਹੋਏ। ਸਤਿਸੰਗ ਜੀ, ਦੇਖੋ ਉਸ ਸਮੇਂ ਦੀ ਜ਼ਾਲਮ ਹਕੂਮਤ ਨੇ ਕਿਤਨਾ ਵੱਡਾ ਅੱਤਿਆਚਾਰ, ਜਬਰ ਔਰ ਜ਼ੁਲਮ ਇਸ ਧਰਤੀ 'ਤੇ ਕੀਤਾ ਕਿ ਬਾਬਾ ਆਤਮਾ ਸਿੰਘ ਜੀ ਬੜੀ ਬਿਰਧ ਅਵਸਥਾ ਦੇ ਵਿੱਚ, ਬਜ਼ੁਰਗ ਉਮਰ ਦੇ ਵਿੱਚ ਸਨ, ਉਹਨਾਂ ਨੂੰ ਵੀ ਪਕੜ ਕੇ ਬੇਤਹਾਸਾ ਤਸ਼ੱਦਦ ਕਰਕੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ। ਕੇਵਲ ਇੱਕੋ ਹੀ ਉਹਨਾਂ 'ਤੇ ਦੋਸ਼ ਲਾਇਆ ਗਿਆ ਕਿ ਇਹਨਾਂ ਦਾ ਪੁੱਤਰ ਕੌਮ ਦੇ ਸੰਘਰਸ਼ ਵਿੱਚ ਕੌਮ ਦੀ ਸੇਵਾ ਕਰ ਰਿਹਾ, ਔਰ ਮਾਤਾ ਗੁਰਮੇਜ ਕੌਰ ਜੀ 'ਤੇ ਵੀ ਬੜਾ ਭਾਰੀ ਤਸ਼ੱਦਦ ਔਰ ਜਬਰ ਜ਼ੁਲਮ ਕੀਤਾ ਗਿਆ, ਉਹਨਾਂ ਨੂੰ ਵੀ ਬੜੀ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਗਿਆ, ਬਾਬਾ ਜੀ ਦੇ ਭਰਾਤਾ ਨੂੰ ਸ਼ਹੀਦ ਕੀਤਾ ਗਿਆ। ਇਸ ਪਰਿਵਾਰ ਦੀ ਇਤਨੀ ਵੱਡੀ ਲਾਸਾਨੀ ਕੁਰਬਾਨੀ ਹੈ ਕਿ ਅਸੀਂ ਇਸ ਮਹਾਨ ਸ਼ਹੀਦੀ ਪਰਿਵਾਰ ਦੀ ਕੁਰਬਾਨੀ ਦਾ ਦੇਣ ਨਹੀਂ ਦੇ ਸਕਦੇ। ਔਰ ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਹਲ ਕਿੱਥੋਂ ਕੌਮ ਲਈ ਸਮਰਪਿਤ ਭਾਵਨਾ ਦਾ ਉਹਨਾਂ ਦੇ ਅੰਦਰ ਜਜ਼ਬਾ ਪੈਦਾ ਹੋਇਆ, ਕਿੱਥੋਂ ਕੌਮ ਦੇ ਹੱਕਾਂ ਲਈ ਜੂਝਣ ਦਾ ਚਾਅ ਪੈਦਾ ਹੋਇਆ, ਉਹਨਾਂ ਉੱਤੇ ਮਹਾਨ ਕਿਰਪਾ ਹੋਈ, ਬਖਸ਼ਿਸ਼ ਹੋਈ, ਰਹਿਮਤ ਹੋਈ ਸਤਿਗੁਰੂ ਦੀ, ਉਹਨਾਂ ਨੂੰ ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਂਬਲੀ ਯੋਧੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸੰਗਤ ਪ੍ਰਾਪਤ ਹੋਈ। ਉਦੋਂ ਜਥਾ ਸਾਰੇ ਹਿੰਦੁਸਤਾਨ ਦੇ ਵਿੱਚ ਗੁਰਮਤਿ ਪ੍ਰਚਾਰ ਹਿੱਤ ਵਿਚਰਿਆ ਕਰਦਾ ਸੀ, ਔਰ ਬਾਬਾ ਜੀ ਜਥੇ ਵਿੱਚ ਸ਼ਾਮਲ ਹੋਏ, ਔਰ ਜਥੇ ਵਿੱਚ ਆ ਕੇ ਜਥੇਬੰਦੀ ਦਮਦਮੀ ਟਕਸਾਲ ਵਿੱਚ ਆ ਕੇ ਆਪ ਜੀ ਨੇ ਅਮਰ ਦੀ ਦਾਤ ਪ੍ਰਾਪਤ ਕੀਤੀ, ਔਰ ਸਾਧ ਸੰਗਤ ਜੀ ਉਹਨਾਂ ਨੇ ਗੁਰਬਾਣੀ ਦੀ ਸ਼ੁੱਧ ਸੰਥਿਆ, ਗੁਰ ਇਤਿਹਾਸ, ਗੁਰਬਾਣੀ ਦੇ ਅਰਥਾਂ ਦਾ ਬੋਧ, ਜਿਸ ਨੂੰ ਗੁਰਬਾਣੀ ਗਿਆਨ ਕਿਹਾ ਜਾਂਦਾ ਹੈ, ਇਹ ਸਾਰਾ ਦਮਦਮੀ ਟਕਸਾਲ ਵਿੱਚੋਂ ਜਥੇਬੰਦੀ ਵਿੱਚ ਰਹਿ ਕੇ ਪ੍ਰਾਪਤ ਕੀਤਾ। ਔਰ ਸਾਧ ਸੰਗਤ ਜੀ, ਬਾਬਾ ਜੀ ਮਹਾਂਪੁਰਖਾਂ ਦੀ ਆਗਿਆ ਅਨੁਸਾਰ ਪੰਜਾਂ ਪਿਆਰਿਆਂ ਵਿੱਚ ਆਪ ਲਾ ਕੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਂਦੇ ਰਹੇ, ਔਰ ਜਦੋਂ ਮਹਾਂਪੁਰਖਾਂ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਧਰਤੀ ਤੋਂ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਕੀਤੀ,
ਉਦੋਂ ਵੀ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦੇ ਨਾਲ ਸਨ। ਔਰ ਜਦੋਂ ਸਮੇਂ ਦੀ ਜ਼ਾਲਮ ਹਕੂਮਤ ਨੇ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਦਾ ਮਨ ਬਣਾਇਆ, ਪੂਰੀਆਂ ਜ਼ਾਲਮ ਹਕੂਮਤ ਨੇ ਤਿਆਰੀਆਂ ਕੱਸ ਲਈਆਂ, ਉਦੋਂ ਮਹਾਂਪੁਰਖਾਂ ਨੇ ਕੁਝ ਗਿਣਤੀ ਦੇ ਸਿੰਘ ਸਨ ਜਿਨ੍ਹਾਂ ਵਿੱਚੋਂ ਬਾਬਾ ਗੁਰਬਚਨ ਸਿੰਘ ਜੀ ਨੂੰ ਆਪਣੇ ਪਾਸ ਬੁਲਾ ਕੇ ਬਚਨ ਕੀਤਾ ਕਿ ਭਾਈ ਤੁਸੀਂ ਹੁਣ ਇੱਥੇ ਨਹੀਂ ਰਹਿਣਾ, ਕਿਉਂਕਿ ਇੱਥੇ ਹਮਲਾ ਹੋ ਜਾਣਾ, ਸਿੰਘਾਂ ਦੀਆਂ ਸ਼ਹਾਦਤਾਂ ਹੋ ਜਾਣੀਆਂ ਔਰ ਅਸੀਂ ਵੀ ਇੱਥੇ ਸ਼ਹਾਦਤ ਦੇ ਦੇਣੀ ਹੈ, ਇਸ ਲਈ ਤੁਸੀਂ ਇੱਥੋਂ ਚਲੇ ਜਾਓ ਔਰ ਜਿਸ ਕੌਮ ਦੇ ਹੱਕਾਂ ਲਈ ਇਹ ਧਰਮ ਯੁੱਧ ਆਰੰਭ ਹੋਇਆ ਉਹਨਾਂ ਹੱਕਾਂ ਲਈ ਕੌਮੀ ਸੰਘਰਸ਼ ਦੀਆਂ ਤਿਆਰੀਆਂ ਕਰਨੀਆਂ ਔਰ ਇਹ ਸੰਘਰਸ਼ ਵਿੱਚ ਖੜੋਤ ਨਹੀਂ ਆਉਣ ਦੇਣੀ, ਇਹ ਸੰਘਰਸ਼ ਨੂੰ ਅੱਗੇ ਜਾਰੀ ਰੱਖਣਾ ਔਰ ਚੜ੍ਹਦੀ ਕਲਾ ਨਾਲ ਸੇਵਾ ਕਰਨੀ ਹੈ। ਮਹਾਂਪੁਰਖਾਂ ਨੇ ਆਪਣੇ ਹੁੰਦਿਆਂ ਹੀ ਨਗਰ ਨੁਸ਼ਹਿਰੇ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਨ ਗੁਰਸਿੱਖ ਸਨ ਭਾਈ ਧੰਨਾ ਸਿੰਘ ਜੀ ਕਾਹੀ, ਜਿਨ੍ਹਾਂ ਨੇ ਦਸਮ ਪਿਤਾ ਜੀ ਦੇ ਘੋੜਿਆਂ ਦੀ ਬੜਾ ਲੰਮਾ ਸਮਾਂ ਸੇਵਾ ਕੀਤੀ। ਘੋੜਿਆਂ ਨੂੰ ਘਾਹ ਪਾਉਣਾ, ਖਰਖਰਾ ਕਰਨਾ, ਸੇਵਾ ਕਰਨੀ, ਉਹਨਾਂ ਦਾ ਨਾਮ ਹੀ ਭਾਈ ਧੰਨਾ ਸਿੰਘ ਜੀ ਕਾਹੀ ਕਰਕੇ ਗੁਰ ਇਤਿਹਾਸ ਵਿੱਚ ਆਉਂਦਾ। ਔਰ ਜਦੋਂ ਦਸਮ ਪਿਤਾ ਜੀ ਨੇ 48 ਸਿੰਘਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰਬਾਣੀ ਦਾ ਸ਼ੁੱਧ ਪਾਠ ਅਤੇ ਅਰਥ ਪੜ੍ਹਾਏ, ਉਹਨਾਂ 48 ਸਿੰਘਾਂ ਵਿੱਚੋਂ ਵੀ ਭਾਈ ਧੰਨਾ ਸਿੰਘ ਜੀ ਕਾਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਗੁਰਬਾਣੀ ਦਾ ਸ਼ੁੱਧ ਪਾਠ ਅਤੇ ਅਰਥ ਉਹਨਾਂ ਨੇ ਧੰਨ ਬਾਬਾ ਦੀਪ ਸਿੰਘ ਜੀ, ਧੰਨ ਭਾਈ ਮਨੀ ਸਿੰਘ ਜੀ ਦੇ ਨਾਲ ਰਹਿ ਕੇ ਪੜ੍ਹਨਾ ਕੀਤੇ ਸਨ। ਸੋ ਸਾਤ ਸੰਗਤ ਜੀ, ਕਲਗੀਧਰ ਪਾਤਸ਼ਾਹ ਜੀ ਦਾ ਇੰਨਾ ਪਿਆਰ ਸੀ ਭਾਈ ਧੰਨਾ ਸਿੰਘ ਜੀ ਦੇ ਨਾਲ, ਜਦੋਂ ਭਾਈ ਧੰਨਾ ਸਿੰਘ ਜੀ ਆਪਣੇ ਨਗਰ ਨੁਸ਼ਹਿਰੇ ਆਏ, ਇੱਕ ਦਿਨ ਸਤਿਗੁਰਾਂ ਨੇ ਉਹਨਾਂ ਦੇ ਪਿਆਰ ਨੂੰ ਵੇਖਦਿਆਂ ਹੋਇਆਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਕ ਪੱਤਰਿਕਾ ਲਿਖੀ। ਉਹਨਾਂ ਨੇ ਕਲਗੀਧਰ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਭਾਈ ਧੰਨਾ ਸਿੰਘ ਨੂੰ ਚਿੱਠੀ ਲਿਖੀ ਕਿ ਭਾਈ ਧੰਨਾ ਸਿੰਘ, ਤੈਨੂੰ ਸਾਡੇ ਕੋਲੋਂ ਗਿਆ ਨੂੰ ਬੜਾ ਲੰਮਾ ਸਮਾਂ ਗੁਜ਼ਰ ਗਿਆ, ਤੂੰ ਮੁੜ ਕੇ ਸਾਨੂੰ ਮਿਲਣ ਵਾਸਤੇ ਨਹੀਂ ਆਇਆ, ਕੀ ਤੇਰੇ ਮਨ ਵਿੱਚ ਸਾਡੀ ਯਾਦ ਵਿੱਚ ਪ੍ਰੇਮ ਦਾ ਉਬਾਲਾ ਨਹੀਂ ਪੈਦਾ ਹੁੰਦਾ, ਪ੍ਰੇਮ ਦੀ ਖਿੱਚ ਨਹੀਂ ਤੈਨੂੰ ਪੈਦਾ ਹੁੰਦੀ, ਅਸੀਂ ਤੈਨੂੰ ਆਪਣੇ ਸੀਨੇ ਨਾਲ ਘੁੱਟ ਕੇ ਗਲਵਕੜੀ ਵਿੱਚ ਲੈ ਕੇ ਪਿਆਰ ਬਖਸ਼ਦੇ ਰਹੇ, ਤੇਰੇ ਮਨ ਵਿੱਚ ਕਦੇ ਪ੍ਰੇਮ ਦੀ ਉਹ ਕਾਂਗ ਨਹੀਂ ਆਈ? ਤਾਂ ਉਸ ਵਕਤ ਭਾਈ ਧੰਨਾ ਸਿੰਘ ਜੀ ਨੇ ਇੱਕ ਚਿੱਠੀ ਲਿਖੀ ਸਤਿਗੁਰਾਂ ਨੂੰ, ਉਹ ਦੋਹਰੇ ਦੇ ਬੰਦ ਬੜੇ ਸੁੰਦਰ ਹਨ। ਭਾਈ ਧੰਨਾ ਸਿੰਘ ਜੀ ਕਿੱਡੇ ਵੱਡੇ ਵਿਦਵਾਨ ਸਨ, ਇਹ ਸਤਿਗੁਰੂ ਕਲਗੀਧਰ ਦੀਆਂ ਮਹਾਨ ਬਖਸ਼ਿਸ਼ਾਂ ਸਨ। ਹੌਲੀ ਬੋਲੋ ਬਈ ਯਾਰ, ਤੁਸੀਂ ਇਕਾਗਰਤਾ ਨਾਲ ਭੰਗ ਕਰੋ। ਕਲਗੀਧਰ ਪਾਤਸ਼ਾਹ ਜੀ ਦੇ ਪ੍ਰੇਮ ਵਿੱਚ ਭਿੱਜ ਕੇ ਦੇਖੋ ਮੇਰਾ ਸਤਿਗੁਰੂ ਕਿੱਡਾ ਮਹਾਨ ਹੈ, ਗੁੰਗਿਆਂ ਤੋਂ ਗੀਤਾ ਦੇ ਅਰਥ ਕਰਵਾ ਸਕਦੇ ਹੈ। ਪਾਉਂਟਾ ਸਾਹਿਬ ਚੰਦਨ ਕਵੀ ਨੂੰ ਆਪਣੀ ਕਵਿਤਾ ਦਾ ਹੰਕਾਰ ਹੋ ਗਿਆ, 52 ਕਵੀਆਂ ਵਿੱਚੋਂ ਇੱਕ ਚੰਦਨ ਕਵੀ ਹੋਏ ਹੈ, ਉਹਨਾਂ ਨੇ ਐਸਾ ਸਵਈਆ ਲਿਖਿਆ, ਕਹਿਣ ਲੱਗਾ ਮਹਾਰਾਜ ਮੇਰੇ ਸਵਈਏ ਦੇ ਕੋਈ ਅਰਥ ਨਹੀਂ ਕਰ ਸਕਦਾ। ਕਲਗੀਧਰ ਪਾਤਸ਼ਾਹ ਮੁਸਕਰਾਏ
ਕਹਿਣ ਲੱਗੇ ਤੇਰੇ ਸਵਈਏ ਦੇ ਤਾਂ ਅਰਥ ਸਾਡੇ ਘਾ ਹੀ ਸਿੱਖੀ ਕਰਕੇ ਸੁਣਾ ਸਕਦੇ ਆ, ਤੂੰ ਕਿਹੜਾ ਮਾਣ ਕਰਦਾ। ਭਾਈ ਧੰਨਾ ਸਿੰਘ ਜੀ ਨੇ ਇੱਕ ਮਿੰਟ ਵਿੱਚ ਉਹਦੇ ਸਵਈਏ ਦੇ ਅਰਥ ਕਰ ਦਿੱਤੇ ਔਰ ਚੰਦਨ ਕਵੀ ਦੇ ਹੱਥ ਜੁੜ ਗਏ। ਕਹਿਣ ਲੱਗਾ ਸੱਚੇ ਪਾਤਸ਼ਾਹ ਘੋੜਿਆਂ ਨੂੰ ਘਾਹ ਪਾਉਣ ਵਾਲੇ ਐਡੇ ਵੱਡੇ ਵਿਦਵਾਨ ਹੈ ਤੁਹਾਡੇ ਦਰ ਤੇ, ਤੇ ਜਿਹੜੇ ਵਿਦਵਾਨ ਹੋਣਗੇ ਉਹ ਕਿੰਨੇ ਕੁ ਵੱਡੇ ਗਿਆਨ ਦਾ ਖਜ਼ਾਨਾ ਹੋਣਗੇ। ਸੋ ਸਾਧ ਸਿੰਘ ਜੀ, ਭਾਈ ਧੰਨਾ ਸਿੰਘ ਜੀ ਨੇ ਇੱਕ ਦੋਹਰਾ ਲਿਖਿਆ ਮਹਾਰਾਜ ਸਾਹਿਬ ਨੂੰ ਸੰਬੋਧਨ ਕਰਕੇ ਹੱਥ ਜੋੜ ਕੇ, ਜਬ ਤੇ ਪ੍ਰਭ ਤੇ ਬੀਛਰੇ ਕੀਏ ਕ੍ਰਿਖ ਕੋ ਠਾਟ, ਬ੍ਰਿਖਮਨ ਕੀ ਸੰਗਤ ਕਰੀ ਭਏ ਜਾਟ ਕੇ ਜਾਟ। ਹੇ ਸੱਚੇ ਪਾਤਸ਼ਾਹ, ਇਹ ਮੇਰੇ ਮਾਲਕ, ਹੇ ਮੇਰੇ ਸਵਾਮੀ, ਹੇ ਮੇਰੇ ਪ੍ਰਭੂ, ਜਦੋਂ ਤੁਹਾਡੇ ਤੋਂ ਵਿਛੜ ਗਏ ਨਾ, ਖੇਤੀਬਾੜੀ ਦੇ ਠਾਟ ਬਾਟ ਦੇ ਵਿੱਚ ਲੱਗ ਗਏ, ਬ੍ਰਿਖਮਨ ਕੀ ਸੰਗਤ ਕਰੀ, ਕਿੰਨੀ ਨਿਮਰਤਾ ਗੁਰਸਿੱਖ ਦੀ, ਗੁਰੂ ਦੇ ਅੱਗੇ ਕਦੇ ਆਪਣਾ ਆਪਣੀ ਅਵਸਥਾ ਦਾ ਆਪਣੇ ਗਿਆਨ ਦਾ ਹੰਕਾਰ ਨਹੀਂ ਜਣਾਉਂਦਾ। ਕਹਿਣ ਲੱਗਾ ਸੱਚੇ ਪਾਤਸ਼ਾਹ, ਬ੍ਰਿਖਮਨ ਕੀ ਸੰਗਤ ਕਰੀ, ਬੈਲਾਂ ਦੀ ਬਲਦਾਂ ਦੀ ਸੰਗਤ ਕੀਤੀ ਤੇ ਭਏ ਜਾਟ ਕੇ ਜਾਟ। ਸੱਚੇ ਪਾਤਸ਼ਾਹ, ਅਸੀਂ ਜ਼ਿਮੀਂਦਾਰਾ ਕਰਨ ਵਾਲੇ ਅਨਪੜ੍ਹ ਮੂਰਖ ਬੇਸਮਝ, ਸਾਡੀ ਬੁੱਧੀ ਵੀ ਪਸ਼ੂਆਂ ਵਰਗੀ ਬੈਲਾਂ ਵਰਗੀ ਬਣ ਗਈ, ਸਾਡੀ ਬੁੱਧੀ ਓਨੀ ਨਿਰਮਲ ਨਹੀਂ ਰਹੀ ਜਿੰਨੀ ਤੁਹਾਡੀ ਸੇਵਾ ਵਿੱਚ ਰਹਿ ਕੇ ਨਿਰਮਲ ਔਰ ਪਵਿੱਤਰ ਸਾਡੀ ਆਤਮਾ ਸੀ। ਇੰਨਾ ਸੁਨੇਹ ਸੀ ਮੇਰੇ ਸਤਿਗੁਰੂ ਨਾਲ ਭਾਈ ਧੰਨਾ ਸਿੰਘ ਜੀ ਦਾ। ਭਾਈ ਧੰਨਾ ਸਿੰਘ ਜੀ ਨੂੰ ਆਪਣੀ ਦਸਤਾਰ, ਆਪਣਾ ਕੰਘਾ, ਆਪ ਸਤਿਗੁਰਾਂ ਨੇ ਹੁਕਮਨਾਮਿਆਂ ਦੀਆਂ ਬਖਸ਼ਿਸ਼ਾਂ ਕੀਤੀਆਂ। ਉਹ ਅਸਥਾਨ ਉਦੋਂ ਬਹੁਤਾ ਅਜੇ ਸੇਵਾ ਦੇ ਰੂਪ ਵਿੱਚ ਬਣਿਆ ਨਹੀਂ ਸੀ, ਤਾਂ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਆਗਿਆ ਕੀਤੀ ਕਿ ਉਹ ਗੁਰਦੁਆਰਾ ਬਖਸ਼ਿਸ਼ ਪ੍ਰਕਾਸ਼ ਸਾਹਿਬ ਹੈ, ਉੱਥੋਂ ਦੀ ਸੇਵਾ ਆਰੰਭ ਕਰਵਾਓ ਔਰ ਉੱਥੇ ਰਹਿ ਕੇ ਸੇਵਾ ਕਰਨੀ ਆ, ਇਲਾਕੇ ਵਿੱਚ ਗੁਰਮਤ ਦਾ ਪ੍ਰਚਾਰ ਕਰਨਾ। ਬਾਬਾ ਜੀ ਨੇ ਉੱਥੇ ਰਹਿ ਕੇ ਫਿਰ ਗੁਰਦੁਆਰਾ ਬਖਸ਼ਿਸ਼ ਪ੍ਰਕਾਸ਼ ਸਾਹਿਬ ਉਸ ਅਸਥਾਨ ਦੀ ਇਮਾਰਤ ਦੀ ਸੇਵਾ ਕਰਵਾਈ, ਲੰਗਰ ਚਲਾਏ, ਬੇਅੰਤ ਸੰਗਤਾਂ ਨੂੰ ਪ੍ਰੇਰਨਾ ਦੇ ਕੇ ਆਪ ਅੰਮ੍ਰਿਤ ਛਕਾਉਂਦੇ ਰਹੇ। ਸੋ ਸਾਧ ਸੰਗਤ ਜੀ, ਮਹਾਂਪੁਰਖ ਸੰਤ ਬਾਬਾ ਮਨਜੀਤ ਸਿੰਘ ਜੀ ਨੁਸ਼ਹਿਰੇ ਵਾਲੇ ਉਸੇ ਅਸਥਾਨ ਦੀ ਅੱਜ ਸੇਵਾ ਕਰਾ ਰਹੇ ਹੈ। ਬਾਬਾ ਜੀ ਤੋਂ ਬਾਅਦ ਇਹ ਅਸਥਾਨ ਮਹਾਂਪੁਰਖ ਸੰਤ ਬਾਬਾ ਭੋਲਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੀ ਸੇਵਾ ਦੇ ਜਿੰਮੇ ਆਇਆ ਔਰ ਅੱਜ ਬਾਬਾ ਜੀ ਉਸ ਅਸਥਾਨ ਦੀ ਸੇਵਾ ਆਪ ਕਰਵਾ ਰਹੇ, ਬੜੀ ਸ਼ਰਧਾ ਨਾਲ, ਬੜੇ ਪ੍ਰੇਮ ਦੇ ਨਾਲ ਔਰ ਉਵੇਂ ਸਿੱਖੀ ਦਾ ਪ੍ਰਚਾਰ ਉਸ ਅਸਥਾਨ ਨੂੰ ਕੇਂਦਰ ਬਣਾ ਕੇ ਕਰ ਰਹੇ ਹੈ। ਮੈਂ ਇਹ ਤਾਂ ਜ਼ਿਕਰ ਕੀਤਾ ਕਿ ਜੇ ਉਹਨਾਂ ਨੂੰ ਉਸ ਸਮੇਂ ਦੇ ਜਿਹੜਾਰੂ ਸਿੰਘਾਂ ਨੇ, ਕੌਮ ਦੀਆਂ ਜਥੇਬੰਦੀਆਂ ਨੇ, ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ ਨਾ, ਤਾਂ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਾਲਾ ਇੱਕ ਇੱਕ ਗੁਣ ਮੌਜੂਦ। ਗੁਰਬਾਣੀ ਦੇ ਮਹਾਨ ਗਿਆਤਾ ਗਏ, ਗੁਰਬਾਣੀ ਦੇ ਸ਼ੁੱਧ ਉਚਾਰਨ ਕਰਨ ਵਾਲੇ, ਜਪੀ ਤਪੀ ਬਾਣੀ ਪੜ੍ਹਨ ਵਾਲੇ, ਸੇਵਾ ਕਰਨ ਵਾਲੇ ਔਰ ਯੋਧੇ, ਜੋ ਅਕਾਲ ਤਖਤ ਦੇ ਜਥੇਦਾਰ ਦੇ ਗੁਣ ਹੋਣੇ ਚਾਹੀਦੇ ਹੈ, ਉਹਨਾਂ ਗੁਣਾਂ ਦੇ ਧਾਰਨੀ ਰਹਿ ਕੇ ਉਹਨਾਂ ਨੇ ਕੌਮ ਦੀ ਸੇਵਾ ਕੀਤੀ ਔਰ ਫਿਰ ਸਤਿਗੁਰੂ ਦੀ ਕਿਰਪਾ ਨਾਲ ਮੈਦਾਨੇ ਜੰਗ ਵਿੱਚ ਨਿਰਭੈਤਾ ਨਾਲ ਜੂਝ ਕੇ ਮਹਾਨ ਸ਼ਹਾਦਤ ਦਿੱਤੀ। ਉਹਨਾਂ ਨੇ ਸ਼ਹੀਦ ਹੋਣ ਤੋਂ ਪਹਿਲਾਂ ਬਚਨ ਕਹੇ ਸਨ ਕਿ ਹੁਣ ਸਮਾਂ ਆ ਗਿਆ
ਕਲਗੀ ਧਰ ਦੇ ਬਚਨ ਪੂਰੇ ਹੋਣੇ ਹਨ। ਜਬ ਆਪ ਕਿਉਦ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ। ਹਜ਼ਾਰਾਂ ਦੇ ਘੇਰੇ ਦੇ ਵਿੱਚ ਬਹੁਤ ਥੋੜੇ ਸਿੰਘਾਂ ਦੇ ਨਾਲ ਉਹਨਾਂ ਨੇ ਜੂਝ ਕੇ ਜ਼ਾਲਮਾਂ ਨੂੰ ਮੌਤ ਦੇ ਘਾਟ ਉਤਾਰ ਕੇ ਮਹਾਨ ਸ਼ਹਾਦਤ ਦਾ ਜਾਮ ਪੀਤਾ। ਐਸੇ ਨਿਰਭੈ ਯੋਧੇ, ਮਹਾਨ ਕੁਰਬਾਨੀ ਵਾਲੇ, ਪੰਥ ਦੀ ਸੇਵਾ ਕਰਨ ਵਾਲੇ ਉਹ ਮਹਾਨ ਗੁਰਸਿੱਖ ਸਨ। ਸਾਧ ਸੰਗਤ ਜੀ, ਇਹ ਗੁਣੇ ਚੁਣੇ ਸਿੰਘ ਸਨ ਜਥੇਬੰਦੀ ਦੇ ਵਿੱਚ ਕਿ ਜਦੋਂ 6 ਜੂਨ ਦਾ ਇਹ ਸਾਕਾ ਵਰਤਿਆ, ਕੌਮ ਖੇਰੂ ਖੇਰੂ ਹੋ ਚੁੱਕੀ ਸੀ। ਦਮਦਮੀ ਟਕਸਾਲ ਨੂੰ ਸਮੇਂ ਦੀ ਜ਼ਾਲਮ ਹਕੂਮਤ ਨੇ ਆਪਣੇ ਜਬਰ ਔਰ ਜ਼ੁਲਮ ਦਾ ਨਿਸ਼ਾਨਾ ਬਣਾਇਆ ਹੋਇਆ ਸੀ। ਚਿੰਤਾ ਸਾਰੇ ਪੰਥ ਵਿੱਚ ਇਸ ਗੱਲ ਦੀ ਸੀ ਕਿ ਦੁਬਾਰਾ ਪੰਥ ਕਦੇ ਇੱਕਮੁੱਠ ਜਥੇਬੰਦਕ ਹੋ ਸਕੇਗਾ, ਆਪਣੇ ਪੈਰਾਂ 'ਤੇ ਖੜੋ ਸਕੇਗਾ, ਮਹਾਂਪੁਰਖਾਂ ਦੇ ਸੰਘਰਸ਼ ਨੂੰ ਅੱਗੇ ਤੋਰ ਸਕੇਗਾ ਜੋ ਉਹਨਾਂ ਨੇ ਕੌਮ ਦੇ ਹੱਕਾਂ ਲਈ ਆਰੰਭ ਕੀਤਾ। ਤਾਂ ਸਾਧ ਸੰਗਤ ਜੀ, ਗਿਣਵੇਂ ਸਿੰਘ ਸਨ ਅਮਰ ਸ਼ਹੀਦ ਭਾਈ ਮਨਵੀਰ ਸਿੰਘ ਜੀ ਚਹੇੜੂ ਵਾਲੇ ਜਾਂ ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਹਲ ਅਤੇ ਇਹਨਾਂ ਦੇ ਹੋਰ ਸਾਥੀ ਸਿੰਘ ਭਾਈ ਗੁਰਦੇਵ ਸਿੰਘ ਜੀ ਅਸਮਾਨ ਵਾਲਾ, ਇਹ ਬਹੁਤ ਗਿਣਤੀ ਦੇ ਸਿੰਘ ਸਨ ਜਿਨ੍ਹਾਂ ਨੇ ਰਾਤ ਦਿਨ ਇੱਕ ਕਰਕੇ ਉਸ ਸੰਘਰਸ਼ ਨੂੰ ਬੁਲੰਦੀਆਂ 'ਤੇ ਲੈ ਕੇ ਗਏ ਔਰ ਦੁਬਾਰਾ ਕੌਮ ਦੇ ਵਿੱਚ ਸਾਧ ਸੰਗਤ ਜੀ ਇੱਕ ਜਜ਼ਬਾ ਪੈਦਾ ਕਰ ਦਿੱਤਾ। ਕੌਮ ਨੂੰ ਇੱਕ ਆਸ ਦੀ ਕਿਰਨ ਨਹੀਂ ਦਿਖਾਈ, ਕੌਮ ਦਾ ਭਰੋਸਾ ਜਿੱਤ ਕੇ ਵਿਖਾਇਆ ਇਹਨਾਂ ਯੋਧਿਆਂ ਨੇ ਕਿ ਕੌਮ ਦੇ ਯੋਧੇ ਬਾਣੀ ਦੇ ਆਸਰੇ, ਨਿਤਨੇਮ ਦੇ ਆਸਰੇ, ਰਹਿਤ ਬਹਿਤ ਦੇ ਆਸਰੇ ਫਿਰ ਵੱਡੇ ਤੋਂ ਵੱਡੇ ਕ੍ਰਿਸ਼ਮੇ ਕਰਕੇ ਦਿਖਾ ਸਕਦੇ ਹੈ। ਸੋ ਸਾਧ ਸੰਗਤ ਜੀ, ਮੇਰੇ ਪਾਸ ਸਮਾਂ ਨਹੀਂ ਹੈ ਕਿ ਮੈਂ ਹੋਰ ਜ਼ਿਆਦਾ ਸਮਾਂ ਉਹਨਾਂ ਮਹਾਂਪੁਰਖਾਂ ਦੇ ਜੀਵਨ ਉੱਤੇ ਬੋਲਾਂ, ਸ਼ਹੀਦਾਂ ਦੇ ਜੀਵਨ ਉੱਤੇ ਕੋਈ ਬਚਨ ਸੁਣਾਵਾਂ, ਕਿਉਂਕਿ ਮਹਾਂਪੁਰਖਾਂ ਦੇ ਸਪੁੱਤਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਵੱਡੇ ਸਪੁੱਤਰ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ ਵੀ ਪਹੁੰਚ ਚੁੱਕੇ ਹੈ। ਹੋਰ ਵੀ ਪੰਥ ਦੀਆਂ ਧਾਰਮਿਕ ਅਤੇ ਕੌਮ ਦੀਆਂ ਸੇਵਾ ਕਰਨ ਵਾਲੀਆਂ ਜਥੇਬੰਦੀਆਂ ਦੇ ਨੁਮਾਇੰਦੇ ਵੀ ਪਹੁੰਚੇ ਹੈ। ਸ਼ਹੀਦਾਂ ਦੇ ਪਰਿਵਾਰ ਵੱਡੀ ਗਿਣਤੀ ਵਿੱਚ ਸੰਗਤ ਵਿੱਚ ਬੈਠੇ ਹੈ। ਮਾਤਾ ਕੁਲਵੰਤ ਕੌਰ ਜੀ ਟੱਕ ਰਾਜੂ ਤੋਂ, ਅਮਰ ਸ਼ਹੀਦ ਗਿਆਨੀ ਜੋਗਿੰਦਰ ਸਿੰਘ ਜੀ ਟੱਕ ਰਾਜੂ ਵਾਲਿਆਂ ਦੇ ਧਰਮ ਸੁਪਤਨੀ, ਉਹ ਵੀ ਪਹੁੰਚੇ ਹੈ, ਔਰ ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਹਲ ਉਹਨਾਂ ਦੇ ਧਰਮ ਸੁਪਤਨੀ ਮਾਤਾ ਜੀ ਬੈਠੇ ਹੈ, ਜਿਨ੍ਹਾਂ ਨੇ ਬੜੇ ਸੰਕਟਾਂ ਵਿੱਚੋਂ ਦੀ ਇਹ ਸਮਾਂ ਗੁਜ਼ਾਰਿਆ। ਔਰ ਬਾਬਾ ਜੀ ਦੇ 3 ਸਪੁੱਤਰ ਬੜੇ ਛੋਟੇ ਛੋਟੇ ਉਮਰ ਦੇ ਵਿੱਚ ਸਨ, ਭਾਈ ਹਰਬਰਿੰਦਰ ਸਿੰਘ ਜੀ, ਇਸੇ ਤਰ੍ਹਾਂ ਭਾਈ ਹਰਜਿੰਦਰ ਸਿੰਘ ਜੀ, ਭਾਈ ਗੁਰਵਿੰਦਰ ਸਿੰਘ ਜੀ, ਬਹੁਤ ਛੋਟੇ ਛੋਟੇ ਇਹ ਆਪਣੇ ਸਮੇਂ ਵਿੱਚ, ਪਰ ਇੰਨੇ ਦੁੱਖਾਂ ਦੇ ਸਮੇਂ ਵਿੱਚ ਮਾਤਾ ਜੀ ਨੇ ਇਹਨਾਂ ਸਾਰਿਆਂ ਸਪੁੱਤਰਾਂ ਨੂੰ ਸੰਭਾਲਿਆ, ਪਰਿਵਾਰ ਦੀ ਸੇਵਾ ਕੀਤੀ। ਅੱਜ ਸਤਿਗੁਰੂ ਦੀ ਬੜੀ ਕਿਰਪਾ ਹੈ, ਬਾਬਾ ਜੀ ਦੇ 2 ਸਪੁੱਤਰ ਕਨੇਡਾ ਦੇ ਵਿੱਚ ਰਹਿ ਕੇ ਆਪਣੀ ਦਸਾਂ ਨਹੁੰ ਦੀ ਕਿਰਤ ਵੀ ਕਰ ਰਹੇ ਹੈ, ਜਥਾ ਸ਼ਕਤ ਹਰ ਸਮੇਂ ਸੇਵਾ ਦੇ ਵਿੱਚ ਵੀ, ਪੰਥ ਦੀ ਸੇਵਾ ਦੇ ਵਿੱਚ ਵੀ ਯੋਗਦਾਨ ਪਾਉਂਦੇ ਹੈ। ਸੋ ਮੈਂ ਭਾਈ ਗੁਰਵਿੰਦਰ ਸਿੰਘ ਜੀ, ਭਾਈ ਹਰਜਿੰਦਰ ਸਿੰਘ ਜੀ, ਜੋ ਬਾਬਾ ਜੀ ਦੇ ਸਪੁੱਤਰ ਇੱਥੇ ਹਰ ਤਰ੍ਹਾਂ ਦੀ ਸੇਵਾ ਇਹ ਸ਼ਹੀਦੀ ਸਮਾਗਮ ਵਿੱਚ ਅੱਗੇ ਹੋ ਕੇ ਨਿਭਾ ਰਹੇ ਹੈ, ਔਰ ਭਾਈ ਗੁਰਵਿੰਦਰ ਸਿੰਘ ਜੀ ਦੀ ਧਰਮ ਸੁਪਤਨੀ ਬੀਬੀ ਹਰਪ੍ਰੀਤ ਕੌਰ, ਭਾਈ ਸਰਬਜੀਤ ਸਿੰਘ ਜੀ ਢਿੱਲੋਂ ਕਨੇਡਾ ਨਿਵਾਸੀ, ਮੈਂ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ। ਜਥੇਦਾਰ ਬਾਬਾ ਗੁਰਦਿਆਲ ਸਿੰਘ ਜੀ ਮੋਦਿਆਂ ਵਾਲੇ,
ਜਿਨ੍ਹਾਂ ਨੇ 13 ਸਿੰਘਾਂ ਵਿੱਚ ਮਹਾਨ ਸ਼ਹਾਦਤ ਦਿੱਤੀ, ਉਹਨਾਂ ਦੇ ਸੁਪੁੱਤਰ ਵੀ ਆਏ ਹੈ। ਸਭ ਦਾ ਹੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਆਓ ਸੰਗਤ ਜੀ, ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਸਭ ਦਾ ਹੀ ਹਾਰਦਿਕ ਤੌਰ 'ਤੇ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।